पूरे पंचायत दे या पूरे जिन्ने भी वाहिद बंदे ने पिंड दे इत्थे आइए सारे बंदे इत्थे खड़ोइए आइए मैं बोलिए कि सही है नथिंग लाओ इधर लाओ कोई गल नहीं भाई तो ये बोल देने की सारे सही लोकेशन ओके है कि देना कोई फाल्ट नहीं पौंदा आने जाने कोई मसला नहीं है सारे भाई तो बोलने ठीक है ना बोल दो अपनी जमीन पैसे ले गवर्नमेंट दे पैसे ले दे यार पूछा अपने बुजुर्ग ले दे बीमारी ये है ते जिसलै इत्थे लगा मिगी सवेरे बुलाया गया अच्छा लोकेशन मैं भी नहीं आखिया महा लोकेशन ठीक नहीं है जी देखो अपने मुंह सच बोलना इस वास्ते ताड़ी होई है मजबूरी के दसी महा व्हाट इज द प्रॉब्लम बिल्कुल प्रॉब्लम उन्होंने की पे असें गड्डी कोशिश की भाई इधर जाने की ब्यास की भी पूछा ब्यास ने आख्या भाई 4 फुट तुस अंदर जाई सकते हो लेकिन मजबूरी एक तो तारा हा दूई गड्डी इंदी फसी जेड़ी सही गल है मैं मिगी ना इस चीज का पता भी नलका लगा दा हा जा नहीं लगा दा मी सवेरे गा आया हूं राज और बेटे
मैं इन्हें आखिया मैं इट इज नाल गुड लोकेशन लोकेशन थोड़ी गलत है, दो त्रै फुट जी है ये लोकेशन गलत है। सर नाले दे बिचो बिच जिहड़ा एक बिच पैप जिहड़ा नाला बिच बनी आ गया जिहदे बिच पैप ला करदी क्या अगर कल्ले ही रोड खुला हुंदा ते मुड़िए पटोक फिर देखो ए ते पुटने पौने ए ते फैक्ट है क्योंकि ए जिहड़ी रोड है ना अजकल बनांदियां सेंटर जा 15 फुट ताई ते 15-30 फुट रोड बननी है ए रोड ते इहदा मतलब जिहड़ा डीपैड पंप लगा है सड़क दे बिच ही है 30 फुट जी साहब बने दे बिच दे पंचायत ने के फैसला किया कि किया मजबूरी ही लोगों की असें आख्या भाई जिसलै जे रोड चौड़ी होग हैंड पैंट भी पटोई जा लोकें डंगे भी पटोई जाएंगे दुकाना भी पटोई जाएंगे ठीक है नहीं लेकिन ये कुछ साल लोगों की कुछ चंद लोगों की मजबूरी ही जिन्हें कि उत्थुआं पानी जिहड़ा सप्लाई पूरी नहीं होंदी वह बेचारे तड़फदे बच्चे तड़फदे इस वास्ते मजबूरी के बिना यह जिहड़ा डीप हैंड पंप है ये लाना पिया ਇਹਦੀ ਵਜ੍ਹਾ ਕਨੇ ਪੂਰਾ ਨਾਲਾ ਜਿਹੜਾ ਪਿੱਛੂ ਆਵਾ ਦਾ ਪਾਣੀ ਰੁਕ ਜਾਣਾ ਜਿਸ ਹਿਸਾਬ ਦਾ ਤੁਸੀਂ ਗੱਬੇ ਲਾਇਆ ਨਾਲੀ ਦੇ ਹੁਣ ਦੇਖੋ ਇਹਨੇ ਜਿਹਨੇ ਲੋਕਾਂ ਇੱਥੇ ਰਹਿਣਾ ਹੈ ਜਿਹਨੇ ਪੋਜੀਸ਼ਨ ਅਸੀਂ ਵੀ ਸਹੀ ਹੁੰਦਾ ਵੀ ਕੁਛ ਚੀਜ਼ਾਂ ਜਿਹੜੀਆਂ ਨਾ ਸਮਾਜ 'ਚ ਗਲਤ ਹੋ ਰਹੀਆਂ ਲੇਕਿਨ ਉਹਦਾ ਮਜਬੂਰੀ 'ਚ ਲੋਕ ਕਰ ਲੈਂਦੇ ਕੀ ਕਰਨ ਲੋਕ ਕਿੱਥੇ ਜਾਣ ਸਮਝੀ ਨਹੀਂ ਗੱਲ ਹੁਣ ਲੋਕੇਸ਼ਨ ਤੁਸੀਂ ਤਾਂ ਵੀ ਦੱਸੋ ਤੁਸੀਂ ਆਏ ਦੇ ਹੋ ਇਹ ਸਰ ਕੁਦਾ ਉਹ ਲੋਕੇਸ਼ਨ ਨਹੀਂ ਹੋਈ ਸਕਦੀ ਹੈ ਲੋਕੇਸ਼ਨ ਕੁਦਾ ਹਾਂ ਮੈਂ ਚੇਂਜ ਕਰਨੀ ਹੋਣਾ ਤਾਂ ਵੀ ਜਾ ਕੇ ਇੱਥੇ ਹੁਣ ਕੀ ਕਰਨਾ ਕੰਮ ਕੰਮ ਦਾ ਹੁਣ ਭਾਈ ਬੰਦ ਤੋਂ ਹੈ ਆਖਾ ਬੰਦ ਕਰੇ ਉਹਨੇ ਬੰਦ ਕਰ ਲਿਆ ਦਾ ਕੰਮ ਹੁਣ ਮਹਿਕਮਾ ਜਿਹੀਆਂ ਕੋਈ ਆਈ ਹੈ ਦੱਸੇਗਾ ਭਾਈ ਅਸੀਂ ਲੋਕੇਸ਼ਨ ਇਹਦੀ ਚੇਂਜ ਕਰ ਲਾ ਚੇਂਜ ਕਰ ਲਿਆ ਗੱਲ ਮੁੱਕੀਏ ਇੱਥੇ ਕਦੋਂ ਅਸੀਂ ਝਗੜਾ ਪਾਉਣਾ ਜਾਂ ਕੋਈ ਲੜਾਈ ਲਾਣੀ ਹੈ ਲੋਕੇਸ਼ਨ ਪੰਚਾਇਤ ਹੀ ਫੈਸਲਾ ਕਰਦੀ ਹੈ ਦੇਖੋ ਪੰਚਾਇਤ ਦੱਸ ਮੈਂ ਤੇ ਤੁਸੀਂ ਮੈਂ ਪਰਸਨਲੀ ਆਖਣਾ ਵੀ ਮੇਰਾ ਪਰਸਨਲੀ ਜਿਹੜਾ ਫੈਸਲਾ ਹਾ ਮੈਂ ਆਖਿਆ ਲੋਕੇਸ਼ਨ ਦੀ ਸੀ ਨਾਟ ਗੋਪਲ ਠੀਕ ਹੈ ਨਾ ਸੱਚ ਬੋਲਣਾ ਚਾਹੀਦਾ ਪ੍ਰਾਪਰ ਲੋਕੇਸ਼ਨ ਨਹੀਂ ਹੈ ਠੀਕ ਹੈ ਨਹੀਂ ਠੀਕ ਹੈ ਓਕੇ ਸਰ ਬਣੀ ਆ ਲੱਗੀ ਆ ਜਿਹੜਾ ਕੰਮ ਲਵਾਇਆ ਦਾ ਜਿਹੜੇ ਆਂਢ ਗੁਆਂਢ ਉਹਨੇ ਆਖਿਆ ਅਸੀਂ ਕੀ ਮਨਜ਼ੂਰ ਹੈ ਕਿ ਵੀ ਅਸੀਂ ਕੀ ਕਰਨਾ ਸਮਝੋ ਪੰਚਾਇਤ ਵੀ ਤੇ ਪੰਚਾਇਤ ਕੋਦੇ ਵਾਸਤੇ ਡੈਮੋਕ੍ਰੈਸੀ ਕੋਦੀ ਹੈ ਫਾਰ ਦੀ ਪੀਪਲ ਆਫ ਦੀ ਪੀਪਲ ਹੈ ਫਾਰ ਦੀ ਪੀਪਲ ਆਫ ਦੀ ਪੀਪਲ ਤਾਂ ਇਹ ਡੈਮੋਕ੍ਰੈਸੀ ਸੈੱਟ ਅਪ ਹੈ ਲੋਕ ਜਿਹੀਆਂ ਪੰਚਾਇਤ ਕੀ ਆਖਣ ਉਹੀਆਂ ਮੰਨਣੇ ਪਾਉਂਦਾ ਕੱਲ੍ਹ ਇੱਕ ਜਗ੍ਹਾ ਅਸੀਂ ਆਖਿਆ ਵੀ ਇੱਥੇ ਨਾਲੀ ਕੱਢੋ ਅਤੇ ਜਿਹੜਾ ਕਢਾਉਣ ਵਾਲਾ ਉਹਨੇ ਆਖਿਆ ਨਹੀਂ ਕੱਢਣੀ ਅਤੇ ਉੱਥੇ ਪੰਚਾਇਤ ਕੀ ਕਰਿਆ ਕੁਹਾਂ ਨੇ ਉਹ ਕਰਨੀ ਹੈ ਕਿ ਮੁਕੱਦਮਾਬਾਜ਼ੀ ਥੋੜ੍ਹੀ ਕਰਨੀ ਹੈ ਜੇ ਕੁਹਾਂ ਨੇ ਠੀਕ ਹੈ ਨਹੀਂ ਅਸ ਕੋਈ ਇੰਨੇ ਓਕੇ ਸਰ ਸਰ ਮਸਲਾ ਇਹ ਕਿ ਇਹ ਬਿਲਕੁਲ ਰੋਡ ਦੇ ਸਾਈਡ ਨਿਕਲਾ ਦਾ ਇਹ ਘੱਟੋ ਘੱਟ 2-3 ਲੱਖ ਦਾ ਖਰਚਾ ਆ ਸਰ ਕਿੰਨੀ ਗੱਡੀ ਆਂਦੀ ਦੇਖੋ ਇਹ ਕੱਲੀ ਜਿਹੜੇ ਰੋਡ ਚੋੜ ਹੋਇਆ ਇਹ ਪੂਰਾ ਬੋਰਵੈਲ ਖਰਾਬ ਹੋਣਾ ਹੈ ਹੋਣਾ ਨਹੀਂ ਹੋਣਾ ਸਰ ਜੇ ਕੱਲੇ ਖਰਾਬ ਹੋਇਆ ਤੇ ਸੁਣਾਓ ਕੁਦਾ ਨੁਕਸਾਨ ਹੋਆ ਹੈ ਮੈਂ ਕਿਹੜੀ ਪੰਚਾਇਤ ਹੈ ਕਿਹੜਾ ਮਹੱਲਾ ਹੈ ਸ਼ਾਖਾ ਪੰਚਾਇਤ ਹੈ ਵਾਰਡ ਨੰਬਰ 4 ਹੈ ਸਰ ਇਹ ਤੁਸੀਂ ਇਹਦੀ ਗੱਲ ਕਰਾ ਦਿਓ ਡੀਪ ਬੋਰ ਪੰਪ ਦੀ ਤੁਸੀਂ ਇਹਦੇ ਸੰਬੰਧਿਤ ਗੱਲ ਕੀਤੀ ਸੀ ਗੁੱਸਾ ਕਰਨੇ ਕਿ ਰਵਈਆ ਸਰ ਮੈਂ ਪੀਡਬਲਯੂਡੀ ਡਿਪਾਰਟਮੈਂਟ ਦੇ ਹਰ ਆਫੀਸਰ ਨਾਲ ਗੱਲ ਕੀਤੀ ਚੇਕ ਨੇ ਵੀ ਕੀਤੀ ਏਕ ਨੇ ਵੀ ਕੀਤੀ ਸਰ ਸਰ ਉਹਨਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਇਸ ਲਈ ਕੇ ਮੰਗ ਕਰਦੇ ਇੱਥੇ ਨਹੀਂ ਲੱਗਣੇ ਚਾਹਦਾ ਸਰ ਲੱਗਾ ਜ਼ਰੂਰ ਲੱਗਾ ਕੋਈ ਅੱਗੇ ਪਿੱਛੇ ਲੱਗਾ ਅਗਰ ਜੇ ਰੋਡ ਦੀ ਬਿਲਕੁਲ ਹੱਦ ਵਿੱਚ ਕਰਾ ਦਿਓ ਕੱਲਾ ਕੋਈ ਗੱਡੀ ਕੋਈ ਡਬਲ ਕ੍ਰਾਸਿੰਗ ਕਰਨੀ ਹੋਈ ਕਿੰਨੀਆਂ ਕਰਨੀ ਸਰ ਹੋਰ ਕੁਦਾ ਲੱਗਣਾ ਚਾਹੀਦਾ ਹੋਰ ਕੁਦਾ ਲੱਗਣਾ ਚਾਹੀਦਾ ਅੱਗੇ ਪਿੱਛੇ ਲੱਗੀ ਹੈ ਕੁਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸੈਂਕਸ਼ਨ ਹੋਣੇ ਕੋਲ ਪਹਿਲਾਂ ਜਿਹੜੇ ਸਰਪੰਚ ਸਾਹਿਬ ਨੇ ਇੱਥੋਂ ਦੇ ਉਹਨੇ ਮੇਰੇ ਨਾਲ ਕਮਿਟਮੈਂਟ ਕੀਤੀ ਕਿ ਅਸੀਂ ਜਿਹੜੀ ਜਗ੍ਹਾ ਜਿਹੜੀ ਇਹ ਬਿਆਸ ਦੇਵ ਹੋ ਰਹੇ ਹਾਂ ਉਹਦੇ ਕੋਲ ਜਗ੍ਹਾ ਹੈ ਲੈ ਦੀ ਹੈ ਔਰ ਉਸ ਜਗ੍ਹਾ ਵਿੱਚ ਅਸੀਂ ਜਾਈਆ ਅਸੀਂ ਪੰਪ ਕੀ ਲਵਾਉਣਾ ਹੈ ਠੀਕ ਹੈ ਜਿਸ ਟਾਈਮ ਕੱਲ੍ਹ ਲੱਗਣ ਵਾਸਤੇ ਆਇਆ ਮੈਂ ਉਹਦੇ ਨਾਲ ਕਮਿਟਮੈਂਟ ਕੀ ਉਹਨੇ ਇਹ ਆਖਿਆ ਕਿ ਤੁਸੀਂ ਇਸ ਪੰਪ ਕੀ ਚੌਂਕ ਵਿੱਚ ਲਾਓ ਉੱਥੇ ਸਪੇਸ ਵੀ ਹੈ ਅਗਰ ਜਗ੍ਹਾ ਤੁਸੀਂ ਨਹੀਂ ਮਿਲਦੀ ਹੈ ਤਾਂ ਜਗ੍ਹਾ ਅਸੀਂ ਤੁਸੀਂ ਦੇਗੇ ਉਸ ਜਗ੍ਹਾ ਵਿੱਚ ਲਾਓ ਲੇਕਿਨ ਇਹਨਾਂ ਆਖਿਆ ਵੀ ਨਹੀਂ ਅਸੀਂ ਜਗ੍ਹਾ ਲੈ ਲਈ ਦੀ ਉਹਦੇ ਕੋਲ ਅਸੀਂ ਇੱਥੇ ਹੀ ਉਸੀ ਲਾਉਣਾ ਹੈ ਠੀਕ ਹੈ ਰਾਤੀ ਜਿਹੜਾ ਮਸ਼ੀਨ ਆਈ ਹੈ ਉਹਨੇ ਲਾਉਣਾ ਸ਼ੁਰੂ ਕਰ ਦਿੱਤਾ ਹੁਣ ਜਿਸ ਟਾਈਮ ਮੁੰਡੇ ਮੀ ਮੈਂ ਤਾਂ ਆਪਣੇ ਪਿੰਡ ਕੰਮ ਲਾਇਆ ਸੀ ਮੈਨੂੰ ਪਤਾ ਨਹੀਂ ਵੀ ਕਿਆ ਕਰ ਰਿਹਾ ਕਿਆ ਨਹੀਂ ਮੁੰਡੇ ਮੀ ਜੇ ਫੋਨ ਕੀਤਾ ਜਦ ਦੇਖਿਆ ਕਿ ਇਹ ਤਾਂ ਰੋਡ ਦੇ ਹੱਦ ਵਿੱਚ ਲੱਗਦਾ ਕਿਉਂਕਿ 15 ਫੁੱਟ ਰੋਡ ਜਿਹੜਾ ਉਹ ਸਾਈਡ 'ਤੇ ਹੈ ਰੋਡ ਦੀ ਜਿਹੜੀ ਜਗ੍ਹਾ 15 ਫੁੱਟ ਉਹ ਹੈ ਠੀਕ ਹੈ ਅਤੇ ਇਹ ਪੀਡਬਲਯੂਡੀ ਦੇ ਮਹਿਕਮੇ ਵਿੱਚ ਇਹ ਲੱਗਦਾ ਕੱਲ੍ਹ ਕਿ ਅਗਰ ਫਾਰ ਐਗਜ਼ਾਮਪਲ ਰੋਡ ਇਹ ਡਬਲ ਹੋਇਆ ਤਾਂ ਫਿਰ ਇਹ ਪੰਪ ਕੁਦਾ ਜਾਵੇ ਇਹ ਗੌਰਮੈਂਟ ਦਾ ਪੈਸਾ ਵੇਸਟ ਚੱਲੀ ਜਾਵੇ ਠੀਕ ਹੈ ਪ੍ਰਾਈਵੇਟ ਮਿਹਰਬਾਨੀ ਕਰੀਏ ਇਸ ਕੰਮ ਕੀ ਰੋਕ ਕਰਤੇ ਜਾ ਔਰ ਇਸੀ ਦੂਜੀ ਜਗ੍ਹਾ ਸ਼ਿਫਟ ਕੀਤੇ ਜਾ ਔਰ ਇਸ ਜਿਹੜੇ ਇਹ ਨਿਕਲੀ ਚੁੱਕਿਆ ਹੈ ਜਿਹੜਾ ਬੰਦੇ ਦੀ ਇੰਨੀ ਮਿਹਨਤ ਲੱਗੀ ਹੈ ਇਹਦੀ ਰਿਕਵਰੀ ਹੈ ਉਸ ਬੰਦੇ ਦੀ ਪਾਉਣੀ ਚਾਹੀਦੀ ਜਿਸ ਬੰਦੇ ਨੇ ਜਿਹੜਾ ਇਹ ਗਲਤ ਕੰਮ ਕਰਵਾਇਆ ਉਦੋਂ ਬਲਾਂਗ ਕਰਨਾ
जियां कि ये सैसमा ग्रां की सीधा एंट्री पॉइंट चालू होता उपर चार पांच ग्रां लगते हैं ठीक है। यह शुरू का ही 100-200 मीटर का एरिया है। तुम ऑलरेडी इसी देखा दे ऑलरेडी कंजस्टेड एरिया है ठीक है ना। ऑलरेडी तो 10-12 फुट का रास्ता है। तुम इधर खड़ोते हो कि तुम अद्धे घंटे में 50-60 गड्डियों तो क्रॉस होंगे लगेंगी। 2 मिनट फाटक बंद होएगा तो लाइन लग जाती है ठीक है ना। ऑलरेडी ये कंजस्टेड जगह है। चलो ठीक है इसी थोड़ा साइड करिए लाइट दे। सू कुछ कहना ऑब्जेक्शन नहीं है ना। सू कुछ इनक्रोचमेंट करना है कुछ ने कितनी इनक्रोचमेंट की या नहीं की ठीक है ना। यदा नामी कलेचर किया रखा गया। अस अज भी बोल लिया कि अस ठीक है राजी हैं। अगर बाहिद बंदे पिंड आई है 7-8 मैंबर सरपंच आइए बोली दिया कि हाँ भी सही वाला बाहिद बंदे कोई लंबड़दार चौकीदार की पटवारी जो भी बाहिद बंदे की सही है तो कोई गल नहीं लाई लो इधर लाई लो कोई सू कोई फर्क नहीं होता। आने वाले टाइम च इन्दे गै बच्चा निकलना सारे इतों निकलना इन्हें गै परेशानी होनी सू कोई मसला नहीं। लेकिन यह जेन्यून चीज़ है ताही अस इधर पर बोले नहीं तो सू परसनल कुछ कहना कोई मसला नहीं है ठीक है ना। तुम चाहते हो शिफ्ट होना थोड़ा शिफ्ट होना चाहिए इधर लाई दो 100 मीटर उधर लाई दो कोई जगह खुली दिखिए लाई दो अद्धा लाई दो जितने भी लगे सू कोई मसला नहीं ठीक है। इधर लाई दो जिधर भी लगता जिधर भी मसला होता ठीक है ना। अस पीडब्ल्यू डिपार्टमेंट कहना भी पीडब्ल्यू डिपार्टमेंट कहना भी अस अप्रोच की है उन्हें भी नहीं आया वो बोला एक्शन साहब बोला कि कल आगे अस देखिए मौके पर पोजीशन है कि नहीं ठीक है।